ਲੋਕ ਸਭਾ ਚੋਣਾਂ ਦੇ ਬਾਰੇ ਵਿੱਚ ਦਿਲਚਸਪ ਜਾਣਕਾਰੀ ਵਿੱਚ ਅੱਜ ਗੱਲ ਕਰਾਂਗੇ ਲੋਕ ਸਭਾ ਮੈਂਬਰ ਬਣਨ ਤੇ 5 ਵਰਿਆਂ ਦੌਰਾਨ ਮਿਲੇ ਭੱਤਿਆਂ ਦੇ ਵੇਰਵੇ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲੰਧਰ ਦੇ ਸੰਸਦ ਸੰਤੋਖ ਸਿੰਘ ਚੌਧਰੀ ਦੀ। ਗੱਲ ਕਰੀਏ ਤਨਖਾਹ ਦੀ ਤਾਂ ਇਹਨਾਂ ਦੀ ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਦੇ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 16 ਲੱਖ 33 ਹਜ਼ਾਰ 199, ਬਕਾਇਆ 49 ਹਜ਼ਾਰ 670, ਕੁੱਲ 1,01,16,414। ਹੁਣ ਗੱਲ ਕਰਦੇ ਹਾਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ। ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 19 ਲੱਖ 81 ਹਜ਼ਾਰ 399, ਬਕਾਇਆ 49 ਹਜ�਼ਾਰ 670, ਕੁੱਲ 1,04,64,624। ਗੱਲ ਕਰਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ। ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 41 ਲੱਖ 62 ਹਜ਼ਾਰ 939, ਬਕਾਇਆ 49 ਹਜ਼ਾਰ 670, ਕੁੱਲ 1,26,46,164। ਗੱਲ ਕਰੀਏ ਗੁਰਦਾਸਪੁਰ ਦੀ ਤਾਂ ਪਹਿਲਾ ਸੰਸਦ ਮੈਂਬਰ ਵਿਨੋਦ ਖੰਨਾ ਸਨ, ਉਹਨਾਂ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਇੱਥੋਂ ਦੇ ਸੰਸਦ ਮੈਂਬਰ ਬਣੇ ਸਨ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਨੋਦ ਖੰਨਾ ਦੀ। ਤਨਖਾਹ 16 ਲੱਖ, ਚੋਣ ਖੇਤਰ ਲਈ ਭੱਤਾ 14 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 4 ਲੱਖ 80 ਹਜ਼ਾਰ, ਸਹਾਇਕ ਸਕੱਤਰ ਦੀ ਤਨਖਾਹ 9 ਲੱਖ 65 ਹਜ਼ਾਰ 806, ਸਫ਼ਰ ਰੋਜ਼ਾਨਾ ਭੱਤਾ 28 ਲੱਖ 53 ਹਜ਼ਾਰ 69, ਬਕਾਇਆ 49 ਹਜ਼ਾਰ 670, ਕੁੱਲ 73 ਲੱਖ 88 ਹਜ਼ਾਰ 552। ਹੁਣ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ। ਤਨਖਾਹ 13 ਲੱਖ 77 ਹਜ਼ਾਰ 419, ਚੋਣ ਖੇਤਰ ਲਈ ਭੱਤਾ 8 ਲੱਖ 9 ਹਜ਼ਾਰ 670, ਦਫ਼ਤਰੀ ਖਰਚਿਆਂ ਲਈ ਭੱਤਾ 2 ਲੱਖ 43 ਹਜ਼ਾਰ 226, ਸਹਾਇਕ ਸਕੱਤਰ ਦੀ ਤਨਖਾਹ 5 ਲੱਖ 33 ਹਜ਼ਾਰ 130, ਸਫ਼ਰ ਰੋਜ਼ਾਨਾ ਭੱਤਾ 4 ਲੱਖ 40 ਹਜ਼ਾਰ 44, ਬਕਾਇਆ ਕੁੱਝ ਵੀ ਨਹੀਂ ਤੇ ਕੁੱਲ 34 ਲੱਖ 3 ਹਜ਼ਾਰ 496। ਗੱਲ ਕਰਦੇ ਹਾਂ ਅੰਮ੍ਰਿਤਸਰ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਇੱਥੇ 2017 ਤੋਂ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਰਹੇ। ਤੇ ਇਸ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ। ਤਨਖਾਹ 11 ਲੱਖ 50 ਹਜ਼ਾਰ, ਚੋਣ ਖੇਤਰ ਦੇ ਲਈ ਭੱਤਾ 10 ਲੱਖ 35 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 3 ਲੱਖ 45 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 6 ਲੱਖ 60 ਹਜ਼ਾਰ, ਸਫ਼ਰ ਰੋਜ਼ਾਨਾ ਭੱਤਾ 2 ਲੱਖ 66 ਹਜ਼ਾਰ 172, ਬਕਾਇਆ 49 ਹਜ਼ਾਰ 670, ਕੁੱਲ 35 ਲੱਖ 5 ਹਜ਼ਾਰ 849। ਹੁਣ ਗੱਲ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਔਜਲਾ ਦੀ। ਤਨਖਾਹ 19 ਲੱਖ 72 ਹਜ਼ਾਰ 204, ਚੋਣ ਖੇਤਰ ਲਈ ਭੱਤਾ 13 ਲੱਖ 44 ਹਜ਼ਾਰ 984, ਦਫ਼ਤਰੀ ਖਰਚਿਆਂ ਲਈ ਭੱਤਾ 4 ਲੱਖ 21 ਹਜ਼ਾਰ 661, ਸਹਾਇਕ ਸਕੱਤਰ ਲਈ ਤਨਖਾਹ 9 ਲੱਖ 24 ਹਜ਼ਾਰ 13, ਸਫ਼ਰ ਰੋਜ਼ਾਨਾ ਭੱਤਾ 6 ਲੱਖ 61 ਹਜ਼ਾਰ 129, ਬਕਾਇਆ ਕੁੱਝ ਵੀ ਨਹੀਂ ਤੇ ਕੁੱਲ 53 ਲੱਖ 24 ਹਜ਼ਾਰ 591। ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਸੰਸਦ ਮੈਂਬਰ ਸਰਦਾਰ ਰਵਨੀਤ ਸਿੰਘ ਬਿੱਟੂ ਦੀ। ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 16 ਲੱਖ 9 ਹਜ਼ਾਰ 753, ਬਕਾਇਆ 49 ਹਜ਼ਾਰ 670, ਕੁੱਲ 1,92,978। ਗੱਲ ਕਰੀਏ ਪਟਿਆਲਾ ਦੀ ਤਾਂ ਇੱਥੋਂ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਸਨ, ਤੇ ਆਓ ਨਜ਼ਰ ਮਾਰਦੇ ਹਾਂ ਉਹਨਾਂ ਦੇ 5 ਵਰਿਆਂ ਦੌਰਾਨ ਮਿਲੇ ਭੱਤਿਆਂ ਦੇ ਵੇਰਵੇ ਵਿੱਚ। ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਦੀ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 9 ਲੱਖ 88 ਹਜ਼ਾਰ 814, ਬਕਾਇਆ 49 ਹਜ਼ਾਰ 670, ਕੁੱਲ 94 ਲੱਖ 72 ਹਜ਼ਾਰ 39। ਹੁਣ ਗੱਲ ਕਰਦੇ ਹਾਂ ਫਰੀਦਕੋਟ ਦੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਦੀ। ਤਨਖਾਹ 33 ਲੱਖ, ਚੋਣ ਖੇਤਰ ਲਈ ਭੱਤਾ 25 ਲੱਖ 40 ਹਜ਼ਾਰ, ਦਫ਼ਤਰੀ ਖਰਚਿਆਂ ਲਈ ਭੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਲਈ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਭੱਤਾ 10 ਲੱਖ 90 ਹਜ਼ਾਰ, ਬਕਾਇਆ 49 ਹਜ਼ਾਰ 670, ਕੁੱਲ 95 ਲੱਖ 73 ਹਜ਼ਾਰ 225।
ਗੱਲ ਕਰਦੇ ਹਾਂ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਾਂ ਤਨਖਾਹ 33 ਲੱਖ, ਚੋਣ ਖੇਤਰ ਲਈ ਪੱਤਾ 25 ਲੱਖ 40 ਹਜ਼ਾਰ, ਦਫਤਰੀ ਖਰਚਿਆਂ ਲਈ ਪੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਦੀ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਪੱਤਾ 15 ਲੱਖ 1 ਹਜ਼ਾਰ 25, ਬਕਾਇਆ 49,677, ਕੁੱਲ 99,84,250। ਗੱਲ ਕਰਦਿਆਂ ਫਿਰੋਜ਼ਪੁਰ ਦੇ ਸੰਸਦ ਮੈਂਬਰ ਸਰਦਾਰ ਸ਼ੇਰ ਸਿੰਘ ਘੁਬਾਇਆ ਦੀ ਤਨਖਾਹ 33 ਲੱਖ, ਚੋਣ ਖੇਤਰ ਲਈ ਪੱਤਾ 25 ਲੱਖ 40 ਹਜ਼ਾਰ, ਦਫਤਰੀ ਖਰਚਿਆਂ ਲਈ ਪੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਦੀ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਪੱਤਾ 35 ਲੱਖ 56,686, ਬਕਾਇਆ 49,677, ਕੁੱਲ 1,20,39,911। ਗੱਲ ਕਰਦਿਆਂ ਫਤਿਹਗੜ੍ਹ ਸਾਹਿਬ ਦੇ ਸੰਸਦ ਸਰਦਾਰ ਹਰਿੰਦਰ ਸਿੰਘ ਖਾਲਸਾ ਦੀ ਤਨਖਾਹ 33 ਲੱਖ, ਚੋਣ ਖੇਤਰ ਲਈ ਪੱਤਾ 25 ਲੱਖ 40 ਹਜ਼ਾਰ, ਦਫਤਰੀ ਖਰਚਿਆਂ ਲਈ ਪੱਤਾ 8 ਲੱਖ 20 ਹਜ਼ਾਰ, ਸਹਾਇਕ ਸਕੱਤਰ ਦੀ ਤਨਖਾਹ 17 ਲੱਖ 73 ਹਜ਼ਾਰ 548, ਸਫ਼ਰ ਰੋਜ਼ਾਨਾ ਪੱਤਾ 53 ਲੱਖ 31,730, ਬਕਾਇਆ 49,677, ਕੁੱਲ 1,38,14,955। ਵਧੇਰੇ ਖ਼ਬਰਾਂ ਅਤੇ ਚੋਣਾਂ ਦੇ ਹਰ ਅਪਡੇਟ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।